ਤੇ ਹੁਣ ਗੱਲ ਕਨਈਆ ਮਸਲੇ ਦੀ ਕਰਦੇ ਆ ਜੀਐਨਯੂ ਦੇ ਵਿਦਿਆਰਥੀ ਕਨਈਆ ਦੇ ਖਿਲਾਫ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕੀਤੇ ਜਾਣ ਦੀ ਕਾਂਗਰਸ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਨਿਖੇਧੀ ਕੀਤੀ ਹੈ। ਬਿੱਟੂ ਦਾ ਕਹਿਣਾ ਹੈ ਕਿ ਆਪਣੇ ਹੀ ਦੇਸ਼ ਦੇ ਨਾਗਰਿਕ ਦੇ ਖਿਲਾਫ ਦੇਸ਼ ਧਰੋਹ ਦਾ ਕੇਸ ਦਰਜ ਕਰਨਾ ਸਰਾਸਰ ਗਲਤ ਹੈ। ਉਹਨਾਂ ਆਪਣੇ ਬਿਆਨ ਦੇ ਵਿੱਚ ਭਾਜਪਾ ਦੇ ਵਿਦਿਆਰਥੀ ਵਿੰਗ ABVP ਅਤੇ RSS ਨੂੰ ਵੀ ਨਿਸ਼ਾਨੇ ਤੇ ਲਿਆ। ਜੋ ਆਜ ਨੌਜਵਾਨ ਹੈ ਯੰਗ ਹੈ ਤੋ ਉਨਕੀ ਆਪਣੀ ਵਿਚਾਰਧਾਰਾ ਹੋਤੀ ਹੈ ਆਪਣੀ ਸੋਚ ਹੋਤੀ ਹੈ ਵੋ ਆਗੇ ਅੱਜ ਮੀਡੀਆ ਆ ਗਿਆ ਸੋਸ਼ਲ ਮੀਡੀਆ ਹੈ ਉਸਕੀ ਵਜ੍ਹਾ ਸੇ ਚੀਜ਼ੇ ਸਾਹਮਣੇ ਆ ਜਾਤੀ ਹੈ ਆਗੇ ਨਹੀਂ ਆਤੀ ਥੀ ਯੇ ਚੀਜ਼ੇ ਐਸੀ ਤੋ ਡਿਬੇਟਸ ਐਸੇ ਚਲਤੇ ਹੀ ਰਹਤੇ ਹੈ ਪਰ ਦੇਸ਼ ਦਰੋਹ ਕਾ ਮੁਕੱਦਮਾ ਦਰਜ ਕਰਨਾ ਆਪਣੇ ਇੱਕ ਨਾਗਰਿਕ ਕੇ ਉੱਪਰ ਵੋ ਗਲਤ ਹੈ ਬਾਤ ਬਾਕੀ ਚੀਜ਼ ਨਹੀਂ ਹੈ ਬਾਕੀ ਚੀਜ਼ ਇਸਕੋ ਇਹਨਾਂ ਨੇ ਖੁਦ ਇਸ ਮੁੱਦੇ ਕੋ ਇਤਨਾ ਬੜਾ ਬੜਾਇਆ ਔਰ ਦੇਸ਼ ਕੋ ਬਾਂਟਨੇ ਕੀ ਔਰ ਹਮਾਰੇ ਧਰਮ ਕੇ ਉੱਪਰ ਆਧਾਰ ਕੇ ਉੱਪਰ ਜਾਤ ਪਾਤ ਕੇ ਉੱਪਰ ਜੋ ਡਿਵਾਈਡ ਕਰਨੇ ਕੀ ਕੋਸ਼ਿਸ਼ ਕੀ ਗਈ ਹੈ ਵੋ ਖਤਰਨਾਕ ਬਾਤ ਹੈ ਵੋ ਲੋਕੋ ਕੇ ਅਬ ਸਮਝ ਮੇ ਆ ਚੁੱਕੀ ਹੈ ਵੋ ਆਜ਼ਾਦੀ ਮੰਗ ਰਿਹਾ ਥਾ ਵੀ ਜੋ ਅੱਜ ਕਰਪਸ਼ਨ ਹੈ ਉਸਸੇ ਆਜ਼ਾਦੀ ਹੋ ਜੋ ਜਾਤ ਪਾਤ ਕਾ ਜੋ ਇੱਕ ਹੈ ਉਸਸੇ ਆਜ਼ਾਦੀ ਹੋ ਔਰ ਯੇ ਚੀਜ਼ੋਂ ਕੇ ਬੋਲ ਰਿਹਾ ਕੋਈ ਆਜ਼ਾਦੀ ਵੋ ਦੇਸ਼ ਸੇ ਥੋੜ੍ਹੀ ਮੰਗ ਰਿਹਾ ਥਾ ਆਜ਼ਾਦੀ ਜਿਤਨੀ ਆਜ਼ਾਦੀ ਹਮਾਰੇ ਦੇਸ਼ ਮੇ ਕਹੀਂ ਹੈ ਸਭਸੇ ਬੜੀ ਡੈਮੋਕ੍ਰੇਸੀ ਹਮਾਰੇ ਪਾਸ ਹੈ ਔਰ ਉਸਨੇ ਬਾਹਰ ਆ ਕੇ ਯੇ ਬਾਤ ਬੋਲੀ ਵੀ ਹੈ ਵੀ ਮੈਨੇ ਕੋਈ ਆਜ਼ਾਦੀ ਕੋਈ ਦੇਸ਼ ਕੇ ਅਗੇਂਸਟ ਥੋੜ੍ਹੀ ਕੋਈ ਨਾਰਾ ਦਿਆ ਮੈਨੇ ਕਰਪਸ਼ਨ ਕੇ ਅਗੇਂਸਟ ਬੋਲਾ ਹੈ ਜਾਤ ਪਾਤ ਕੇ ਅਗੇਂਸਟ ਬੋਲਾ ਹੈ ਜੋ ਜੋ ਗਲਤ ਕਾਮ ਹੋ ਰਹੇ ਹੈ ਜੋ ਗਰੀਬੋਂ ਕੋ ਦਬਾਇਆ ਜਾ ਰਹਾ ਹੈ ਮਾਰਾ ਜਾ ਰਹਾ ਹੈ ਕੁਚਲਾ ਜਾ ਰਹਾ ਹੈ ਕਿਸੀ ਧਰਮ ਕੇ ਸਾਥ ਜੋ ਕਾਮ ਕੀਆ ਜਾ ਰਹਾ ਹੈ ਉਸਕੇ ਅਗੇਂਸਟ ਉਸਨੇ ਬਾਤ